असलम नाजरीन मैं अपना सैयद मुसवर अली जंजानी तेजा अपने चैनल उत्ते प्रोग्राम है सतार है नाजरीन अस्तों लमें कि चार नवंबर तो जुम्मत उल मुबारक का दिन है अज के दिन के हवाले असी डिस्कस करना है दी खसूसियात ऑलरेडी मैं अपने प्रोग्राम के हवाले इनू ਟੜੀ ਇੱਕ ਸਾਮ ਵੀ ਦੱਸ ਚੁੱਕੇ ਆ ਔਨ ਸਕਰੀਨ ਦਿਖਾ ਵੀ ਚੁੱਕੇ ਆ ਇਹਦੇ ਬਾਰੇ ਇਸ ਅਸੀਂ ਆਲਰੇਡੀ ਕਾਫੀ ਡਿਸਕਸ ਵੀ ਕਰ ਚੁੱਕੇ ਆ ਲੇਕਿਨ ਮਜ਼ੀਦ ਖਸੂਸੀਅਤ ਮੈਂ ਦੁਬਾਰਾ ਤੋਂ ਆਪਣੇ ਪ੍ਰੋਗਰਾਮ ਦੇ ਵਿੱਚ ਦੱਸਣਾ ਚਾਹੁੰਦਾ ਤਾਂ ਕਿ ਜਿਹੜੇ ਨਾਜ਼ਰਿਨ ਉਹਨੂੰ ਯੂਜ਼ ਕਰਨਾ ਸਾਰਾ ਨਹੀਂ ਆ ਆਲਰੇਡੀ ਯੂਜ਼ ਕਰ ਰਹੇ ਨੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਪਹਿਨਣ ਦੇ ਨਾਲ ਤੁਹਾਨੂੰ ਕੀ ਕੀ ਫਾਇਦੇ ਹਸਲ ਹੋਣਗੇ ਬਾਈ ਅਸਟ੍ਰੋਜੀਕਲ ਦੇ ਹਵਾਲੇ ਨਾਲ ਇਲਾਵਾ ਔਰ ਇਲਾਵਾ ਟੜੀ ਜਿਹੜੀ ਅਲੈਗਜ਼ੈਂਡਰਾ ਯੂਜ਼ ਕਰਦੇ ਹੋ ਤੁਸੀਂ ਤੇ ਅਲੈਗਜ਼ੈਂਡਰਾ ਨੂੰ ਅਗਰ ਤੁਸੀਂ ਯੂਜ਼ ਕਰ ਰਹੇ ਹੋ ਤਾਂ ਤੁਹਾਡੀ ਆਲਰੇਡੀ ਮੈਂ ਦੱਸਿਆ ਸੀ ਕਿ ਸ਼ਖਸੀਅਤ ਕਾਫੀ ਹੱਦ ਤੱਕ ਪ੍ਰਕشش ਪਰ ਵਕਾਰ ਹੋ ਸਕੇਗੀ ਸਪੈਸ਼ਲੀ ਜਿਹੜੇ ਸਮਾਜਿਕ ਜਾਂ ਸਿਆਸੀ ਅਫਰਾਦ ਨੇ ਅਗਰ ਉਹਨੂੰ ਯੂਜ਼ ਕਰ ਰਹੇ ਨੇ ਤੇ ਉਹਨਾਂ ਦੇ ਇੱਜ਼ਤ ਤੇ ਵਕਾਰ ਦੇ ਵਿੱਚ ਵਾਫਾ ਹੋਏਗਾ ਲੋਗਨਾਂ ਨੂੰ ਕਾਫੀ ਹੱਦ ਤੱਕ ਪਸੰਦ ਦੀਦਗੀ ਦੀ ਨਿਗਾਹ ਨਾਲ ਵੇਖਣਗੇ ਯਾਗਰ ਜੇ ਤੁਸੀਂ ਅਲੈਗਜ਼ੈਂਡਰਾਈਡ ਨੂੰ ਯੂਜ਼ ਵੀ ਕਰ ਰਹੇ ਹੋ ਤੇ ਉਸ ਵਾਲੇ ਨਾਲ ਵੀ ਤੁਹਾਡੀ ਜੁੜੀ ਨੇਚਰ ਹੈ ਤੁਹਾਡੇ ਜਿਹੜਾ ਮਾਈਂਡ ਹੈ ਉਹ ਕਾਫੀ ਹੱਦ ਤੱਕ ਰੋਮਾਨਵੀ ਰਹਿੰਦਾ ਹੈ ਦੂਸਰਾ ਜਿਹੜੀ ਵਜਾ ਤੋਂ ਤੁਸੀਂ ਦੂਸਰਿਆਂ ਨੂੰ ਵੀ ਕਾਫੀ ਹੱਦ ਤੱਕ ਇੱਜ਼ਤ ਦੇ ਸਕਦੇ ਹੋ ਪਿਆਰ ਦੇ ਸਕਦੇ ਹੋ ਇਸ ਵਾਲੇ ਨਾਲ ਤੁਸੀਂ ਜੇਕਰ ਉਹਨੂੰ ਯੂਜ਼ ਕਰੋ ਤੇ ਇਨਸ਼ਾਅੱਲਾ ਕਾਫੀ ਹੱਦ ਤੱਕ ਤੁਹਾਡੀ ਜ਼ਿੰਦਗੀ ਦੇ ਵਿੱਚ ਜਿਹੜੀ ਇੱਜ਼ਤ ਵਕਾਅਰ ਦਾ ਇਜ਼ਾਫਾ ਹੈ ਜਾਂ ਲੋਕਾਂ ਦੀ ਨਜ਼ਰਾਂ ਦੇ ਵਿੱਚ ਤੁਹਾਡੀ ਜਿਹੜੀ ਪਸੰਦੀਦਗੀ ਹੈ ਉਹਨੂੰ ਕਾਫੀ ਹੱਦ ਤੱਕ ਇਨਸ਼ਾਅੱਲਾ ਨਿਖਾਰ ਮਿਲਦਾ ਹੈ ਇਹਜ਼ ਅਫਰਾਦ ਜਿਹੜਾ ਅਜਦੇ ਦਿਨ ਹੈ ਅਜਦੇ ਦਿਨ ਦੇ ਹਵਾਲੇ ਨਾਲ ਇਹਜ਼ ਅਫਰਾਦ ਨੂੰ ਚਾਹੀਦਾ ਹੈ ਕਿ ਆਪਣੇ ਜਿਹੜੇ ਗ੍ਰਹਿਲੂ ਅਫਰਾਦ ਨੇ ਉਹਨਾਂ ਦੇ ਨਾਲ ਆਪਣੀ ਬਣਾ ਕੇ ਰੱਖਣ ਅਗਰ ਉਹਨਾਂ ਦੀ ਤਰਫੋਂ ਕੋਈ ਜ਼ਿਆਦਤੀ ਹੋ ਜਾਂਦੀ ਹੈ ਜਾਂ ਕੁਝ ਗਲਤ ਅਲਫਾਜ਼ ਸੜੀ ਜ਼ਾਤ ਦੇ ਬਾਰੇ ਅਦਾ ਹੋ ਜਾਂਦੇ ਨੇ ਤੇ ਉਹਨੂੰ ਦਰਗੁਜ਼ਰ ਕਰਕੇ ਤੁਸੀਂ ਆਪਣਾ ਅਜਦੇ ਦਿਨ ਦਾ ਜਿਹੜਾ ਆਪਣੀ ਸੋਚ ਹੈ ਜਾਂ ਆਪਣਾ ਜਿਹੜਾ ਗੁੱਸਾ ਹੈ ਉਹਨੂੰ ਬਿਲਕੁਲ ਦਬਾ ਕੇ ਰੱਖਣਾ ਹੈ ਤੇ ਘਰੇਲੂ ਮਾਹੌਲ ਜਿਹੜਾ ਹੈ ਉਹਨੂੰ ਪੂਰ ਸگون ਰੱਖਣ ਦੇ ਵਿੱਚ ਆਪਣੀ ਜ਼ਾਤ ਦੀ ਤਰਫੋਂ ਤੁਸੀਂ ਕੋਈ ਵੀ ਕਸਰ ਨਹੀਂ ਛੜਨੀ ਅੱਜ ਦੇ ਦਿਨ ਦੇ ਹਵਾਲੇ ਨਾਲ ਜਿੰਤਾ ਜ਼ਿਆਦਾ ਤੁਹਾਨੂੰ ਘਰੇਲੂ ਸੁਖ ਨਸੀਬ ਹੋਏਗਾ ਉਤਨਾ ਹੀ ਜ਼ਿਆਦਾ ਬਿਹਤਰ ਤਰੀਕੇ ਨਾਲ ਤੁਸੀਂ ਆਪਣੇ ਜਿਹੜੇ ਬਾਕੀ ਮਾਮਲਾਤ ਨੇ ਉਹਨਾਂ ਦੇ ਵਿੱਚ ਆਪਣੀ ਪਰਫਾਰਮੈਂਸ ਅਦਾ ਕਰ ਸਕੋਗੇ ਅਗਰ ਅੱਜ ਦੇ ਦਿਨ ਤੁਹਾਨੂੰ ਥੋੜਾ ਜਿਹਾ ਵੀ ਜ਼ਿਹਨੀ ਪਰੇਸ਼ਾਨੀ ਮਿਲਦੀ ਹੈ ਆਪਣੀ ਕਿਸੇ ਫੈਮਿਲੀ ਫਰਟ ਦੀ وجہ ਤੋਂ ਜਾਂ ਕੁਝ ਰਿਲੇਟਿਵਸ ਦੀ وجہ ਤੋਂ ਜਾਂ ਕੁਝ ਵਿਰਾਸਤੀ ਪ੍ਰੋਬਲਮਸ ਦੀ وجہ ਤੋਂ ਤੇ ਉਹਦੀ وجہ ਤੋਂ ਤੁਹਾਡੇ ਜਿਹੜੇ ਬਾਕੀ ਜ਼ਿੰਦਗੀ ਦੇ ਮਾਮਲਾਤ ਨੇ ਜਾਂ ਜਿਹੜੇ ਰੋਜ਼ਮਰਾਤ ਰਿਲੇਟਡ ਅਮੂਰ ਨੇ ਉਹ ਥੋੜਾ ਜਿਹਾ متاثر ਹੁੰਦੇ ਹੋਏ ਨਜ਼ਰ ਆ ਰਹੇ ਨੇ ਐਸ ਵਲਨ ਕੋਸ਼ਿਸ਼ ਕਰੋ ਕਿ ਜਿੰਨਾ ਜ਼ਿਆਦਾ ਤੁਸੀਂ ਅੱਜ ਦੇ ਦਿਨ ਪ੍ਰੋਬਲਮਸ ਕੋਲੋਂ ਮਹਿਫੂਜ਼ ਰਹੋਗੇ ਉਤਨਾ ਹੀ ਜ਼ਿਆਦਾ ਤੁਸੀਂ ਆਪਣੇ ਜਿਹੜੇ ਦੂਸਰੇ ਪ੍ਰੈਕਟੀਕਲ ਮਾਮਲਾਤ ਨੇ ਜਾਂ ਜਿਹਦੀ ਦੂਸਰੀ ਜ਼ਿੰਮੇਵਾਰੀਆਂ ਨੇ ਉਹਨਾਂ ਦੇ ਵਿੱਚ ਬਿਹਤਰ ਪਰਫਾਰਮੈਂਸ ਅਦਾ ਕਰਕੇ ਆਪਣਾ ਜਿਹੜਾ ਅੱਜ ਦਾ ਦਿਨ ਨੇ ਤੁਸੀਂ ਇਨਸ਼ਾਅੱਲਾ ਸੁਖੀ ਗੁਜ਼ਾਰ ਸਕੋਗੇ ਲਕੀ ਨੰਬਰ ਜਿਹੜਾ ਤੁਹਾਡਾ ਅੱਜ ਦੇ ਦਿਨ ਦੇ ਹਵਾਲੇ ਨਾਲ ਜਿਹੜਾ ਤੁਹਾਡਾ ਸਾਥ ਰਵੇਗਾ ਉਹ ਹੀ ਜਿੱਤਣ ਟੌਰਸਫਰਾ ਦਾ ਜਿਹੜਾ ਅੱਜ ਦੇ ਦਿਨ ਨੇ ਕਾਫੀ ਹੱਦ ਤੱਕ ਇਨਸ਼ਾ ਅੱਲਾਹ ਘਰੇਲੂ ਜੜੀ ਸੋਚ ਹੈ ਜਾਂ ਘਰੇਲੂ ਜੜੀ ਮਾਮਲਾਤ ਨੇ ਔਰੇ ਵਿੱਚ ਕਾਫੀ ਹੱਦ ਤੱਕ ਫੁਵਾਇਦਾ ਦੇਣ ਨੇ ਕਿਉਂਕਿ ਦੜੀ ਸ਼ਰੀਕੇ ਹਿਆਦ ਦਾ ਤਾਵਨ ਤੁਹਾਡੇ ਨਾਲ ਰਹਿੰਦਾ ਹੋਇਆ ਨਜ਼ਰ ਆ ਰਿਹਾ ਜਿਹਦੀ وجہ ਤੋਂ ਤੁਹਾਨੂੰ ਕਾਫੀ ਹੱਦ ਤੱਕ ਆਪਣੀ ਜਿਹੜੀ ਘਰੇਲੂ ਜ਼ਿੰਮੇਵਾਰੀਆਂ ਨੇ ਉਹ ਡਿਵਾਈਡ ਕਰਨ ਦੇ ਮੌਕੇ ਮਿਲ ਸਕਣਗੇ ਤੁਸੀਂ ਆਪਣੀ ਜਿਹੜੀ ਮਸਰੂਫੀਆਤ ਨਹੀਂ ਆਪਣੀ ਜਿਹੜੀ ਦੂਸਰੇ ਫਰਾਈਜ਼ ਨੇ ਉਹ ਦਾ ਕਰਦੇ ਹੋ ਨਜ਼ਰ ਆ ਰਹੇ ਹੋ ਅੱਜ ਦੇ ਦਿਨ ਦੇ ਹਵਾਲੇ ਨਾਲ ਕੋਸ਼ਿਸ਼ ਕਰਨਾ ਹੈ ਕਿ ਤੁਸੀਂ ਅਗਰ ਜਿਹੜੀ ਪਾਰਟਨਰਸ਼ਿਪ ਤੋਂ ਰਿਲੇਟਡ ਅਮੂਰ ਵੀ ਚਲਾ ਰਹੇ ਹੋ ਜਿਹੜੇ ਮੁਸ਼ਤਰਕਾ ਮਫਾਦਾਤ ਦੇ ਕੰਮ ਨੇ ਉਸ ਵਾਲੇ ਨਾਲ ਵੀ ਤੁਸੀਂ ਆਪਣੇ ਪਾਰਟਨਰ ਦੇ ਨਾਲ ਅੱਜ ਦੇ ਦਿਨ ਦੇ ਮੁਤਾਬਿਕ ਕੋਈ ਮੀਟਿੰਗ ਵਗੈਰਾ ਜ਼ਰੂਰ ਕਾਲ ਕਰਨੀ ਹੈ ਤਾਂ ਕਿ ਉਹਨਾਂ ਦੇ ਨਾਲ ਬੈ ਕੇ ਤੁਸੀਂ ਕੁਝ ਜਿਹੜੀ ਪਰੇਸ਼ਾਨੀਆਂ ਤੋਂ ਗੁਜ਼ਰ ਰਹੇ ਹੋ ਜਾਂ ਕੁਝ ਐਸੇ ਮਾਮਲੇ ਜਿਹੜੇ ਟੈਨਸ਼ਨ ਜਾਂ ਉਲਝਾਓ ਵਾਲੇ ਚੱਲ ਰਹੇ ਨੇ ਜਾਂ ਤੁਸੀਂ ਮਹਿਸੂਸ ਕਰ ਰਹੇ ਹੋ ਕਿ ਕੁਝ ਮਾਮਲੇ ਦੇ ਵਿੱਚ ਪਿਛੀਦਗੀਆਂ ਚੱਲ ਰਹੀਆਂ ਨੇ ਤੇ ਉਸ ਵਾਲੇ ਨਾਲ ਅੱਜ ਦੇ ਦਿਨ ਤੁਸੀਂ ਉਹਨਾਂ ਦੇ ਨਾਲ ਕਮਿਊਨੀਕੇਸ਼ਨ ਗੈਪ ਨੂੰ ਖਤਮ ਕਰ ਦਵੇ ਆਪਣੇ ਮਾਮਲਾਤ ਦੀ ਜਿਹੜੀ ਬਿਹਤਰੀ ਹੈ ਉਸ ਵਾਲੇ ਨਾਲ ਜ਼ਰੂਰ ਉਹਨਾਂ ਦੇ ਨਾਲ ਅੱਜ ਦੇ ਦਿਨ ਤੁਸੀਂ ਟਾਕ ਕਰਨੀ ਹੈ ਔਰ ਇਲਾਵਾ ਅੱਜ ਦੇ ਦਿਨ ਦੇ ਹਵਾਲੇ ਨਾਲ ਕੋਸ਼ਿਸ਼ ਕਰਨਾ ਹੈ ਕਿ ਗੱਟ ਤੁਸੀਂ ਆਪਣੀ ਫੈਮਲੀ ਦੇ ਨਾਲ ਮਿਲ ਕੇ ਕੋਈ ਸੈਰੋ ਤਫਰੀਦ ਦਾ ਪ੍ਰੋਗਰਾਮ ਵੀ ਬਣਾ ਰਹੇ ਹੋ ਤੇ ਉਸ ਵਾਲੇ ਨਾਲ ਵੀ ਤੁਹਾਡੀ ਜਿਹੜੇ ਇhtiyati ਮਾਮਲਾਤ ਨੇ ਮੀਨਸ ਕਿ ਆਪਣੀ ਸਵਾਰੀ ਨੂੰ ਤੁਸੀਂ ਜ਼ਰੂਰ ਚੈੱਕ ਕਰਕੇ ਨਿਕਲਾ ਹੈ ਤੇ ਦੌਰਾਨ ਸਫਰ ਵੀ ਤੁਸੀਂ ਟਾਈਮ ਟੂ ਟਾਈਮ ਆਪਣੀ ਸਵਾਰੀ ਤੋਂ ਰਿਲੇਟਿਡ ਜਿਹੜੀ ਮਾਮਲਾਤ ਨੇ ਉਸ ਵਾਲੇ ਨਾਲ ਜ਼ਰੂਰ ਤੁਸੀਂ ਕੇਅਰਫੁਲ ਰਹਿਣਾ ਹੈ ਤਾਂ ਕਿ ਤੁਹਾਡੀ ਕੁਝ ਪਰੇਸ਼ਾਨੀ ਜਿਹੜੀ ਐ ਸਵਾਲਾਂ ਨਾਲ ਜਾਨ ਨੂੰ ਤੰਗ ਨਾ ਕਰ ਸਕੇ ਲੱਕੀ ਨੰਬਰ ਜਿਹੜਾ ਤੁਹਾਡਾ ਅੱਜ ਦੇ ਦਿਨ ਦੇ ਹਵਾਲੇ ਨਾਲ ਉਰਵੇਗਾ ਦਿੱਦੋ ਜਮਨਾਇ ਫਰਾਂ ਦਾ ਜਿਹੜਾ ਅੱਜ ਦੇ ਦਿਨ ਦੇ ਤੁਹਾਡੇ ਰਿਲੇਟਿਵਸ ਦਾ ਸਾਥ ਤੁਹਾਡੇ ਨਾਲ ਰਹਿੰਦੀ ਵਜਾ ਦੋ ਟੜਕਈ ਜੁੜੇ ਮਸਾਇਲ ਨੇ ਉਹਨਾਂ ਦਾ ਖਾਤਮਾ ਅਜਦੇਂ ਮਤਵਕਰਤ ਹੋdte ਨਜ਼ਰ ਆ ਰਿਹਾ ਹੈ ਜਿਹਦੀ وجہ ਤੋਂ ਤੁਹਾਡਾ ਕਾਫੀ ਹੱਦ ਤੱਕ ਸਟਰੋਂਗ ਬੌਂਡ ਕਾਇਮ ਹੋ ਸਕੇਗਾ ਆਪਣੇ ਤਾਲੁਕਾਤ ਕਾਫੀ ਹੱਦ ਤੱਕ ਮਸਤਕਮ ਤੁਸੀਂ ਕਰ ਸਕੋਗੇ ਆਪਣੇ ਰਿਲੇਟਿਵਜ਼ ਨਾਲ ਲੇਕਿਨ ਅਜਦੇਂ ਦਿਨ ਦੇ ਹਵਾਲੇ ਨਾਲ ਤੁਸੀਂ ਥੋੜਾ ਜਿਹਾ ਕੇਅਰਫੁਲ ਰਹਿਣਾ ਹੈ ਆਪਣੇ ਦੋਸਤ ਅਬਾਬ ਦੀ ਦਿਰਫੋਂ ਕਿਉਂਕਿ ਅਜਦੇਂ ਦਿਨ ਦੇ ਹਵਾਲੇ ਨਾਲ ਜਿਹੜੇ ਰੀਸੈਂਟਲੀ ਕੁਝ ਐਸੇ ਦੋਸਤ ਜਾਂ ਹਬਾਬ ਜਿਹੜੇ ਤੁਹਾਡੀ ਜ਼ਿੰਦਗੀ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਦੀ وجہ ਤੋਂ ਤੁਹਾਨੂੰ ਕੁਝ ਅਜਦੇਂ ਦਿਨ ਜ਼ਹਿਨੀ ਪਰੇਸ਼ਾਨੀ ਹੋ ਸਕਦੀ ਹੈ ਜਾਂ ਉਹਨਾਂ ਦੀ وجہ ਤੋਂ ਤੁਹਾਨੂੰ ਕੋ नजर आ रही है उस वाले नाल बहुत ज़्यादा केयरफुल रहना है तो कर्ज़ वगैरह अंत किसी भी देने तो करेज करना है अदरवाइज और वापसी के चांसिस बहुत कम ने लकी नंबर जहाँ अज के दिन के हवाले और नाएगा जी पान ਕੰਸੀਰੇਨ ਅਫਰਾਦ ਜਿਹੜਾ ਅੱਜ ਦੇ ਦਿਨ ਤੁਹਾਡੀ ਹੈਲਥ ਕਾਫੀ ਹੱਦ ਤੱਕ ਇੰਪਰੂਵਮੈਂਟ ਦੀ ਦਿਰਫ ਜਾਂਦੀ ਵੀ ਨਜ਼ਰ ਆ ਰਹੀ ਏ ਸਪੈਸ਼ਲੀ ਨੇਬਰਜ਼ ਦਾ ਤਾਵਨ ਤੁਹਾਡੇ ਨਾਲ ਬਰਕਰਾਰ ਰਹੇਗਾ ਬਲਕਿ ਉਹਨਾਂ ਦੇ ਨਾਲ ਮਿਲ ਕੇ ਤੁਸੀਂ ਕਈ ਇੱਕ ਆਪਣੇ ਪ੍ਰੈਕਟੀਕਲ ਕਮਾਂ ਦੇ ਹਵਾਲੇ ਨਾਲ ਮਾਮਲਾ ਤੋਂ ਬਿਹਤਰ ਤਰੀਕੇ ਨਾਲ ਚਲਾਉਣ ਵਾਸਤੇ ਕੋਈ ਸਲਾਹ ਮਸ਼ਵਰਾ ਕਰ ਸਕਦੇ ਹੋ ਜਾਂ ਤੁਸੀਂ ਅਗਰ ਆਪਣੀ ਜਿਹੜੇ ਵਿਗੜੇ ਕੰਮ ਨੇ ਜਿਹੜੇ ਆਪਣੇ ਕੁਝ ਘਰੇਲੂ ਮਾਮਲੇ ਨੇ ਜਾਂ ਤੁਸੀਂ ਆਪਣੇ ਜਿਹੜੇ ਰਿਲੇਟਿਵਸ ਤੋਂ ਰਿਲੇਟਡ ਕੁਝ ਮਾਮਲਾਤ ਜਿਹੜੇ ਨੇ ਪਿਛਲੇ ਦਿਨਾਂ ਵਿੱਚ ਖਰਾਬ ਕਰ ਬੈਠੇ ਹੋ ਉਹਨਾਂ ਨੂੰ ਸਮੇਟਣਾ ਚਾਹ ਰਹੇ ਹੋ ਅੱਜ ਦੇ ਦਿਨ ਦੇ ਹਵਾਲੇ ਨਾਲ ਤੇ ਉਸ ਵਾਲੇ ਨਾਲ ਵੀ ਕੁਝ ਆਪਣੇ ਮਾਮਲਾਤ ਦੇ ਵਿੱਚ ਇਨੀਸ਼ੀਏਟਿਵ ਸਟੈਪ ਜ਼ਰੂਰ ਸ਼ਾਮਿਲ ਰੱਖਣੇ ਨੇ ਆਪਣੀ ਜਿਹੜੀ ਪਹਿਲੇ ਮਾਮਲਾਤ ਨੂੰ ਸੁਲਝਾਉਣ ਵਾਸਤੇ ਉਹ ਜ਼ਰੂਰ ਕਰਨੀ ਹੈ ਤੇ ਇਨਸ਼ਾਅੱਲਾ ਤੁਸੀਂ ਦੂਸਰੀ ਫਰੀਕ ਦੀ ਤਰਫੋਂ ਕਾਫੀ ਚੰਗਾ ਰਿਸਪੌਂਸ ਮਹਿਸੂਸ ਕਰ ਸਕੋਗੇ ਅਜਦੇ ਦਿਨ ਦੇ ਹਵਾਲੇ ਨਾਲ ਆਪਣੀ ਔਲਾਦ ਦੀ ਜ਼ਿੰਮੇਵਾਰੀਆਂ ਤੋਂ ਤੁਸੀਂ ਥੋੜਾ ਜਿਹਾ ਕਿਨਾਰਾ ਕਸ਼ਿਖਤਿਆਰ ਕਰ ਦਿਓ ਨਜ਼ਰ ਆ ਰਿਹਾ ਉਸ ਵਾਲੇ ਨਾਲ ਤੁਸੀਂ ਥੋੜਾ ਜਿਹਾ ਤਵਜਹ ਜ਼ਰੂਰ ਦੇਣੀ ਹੈ ਕਿਉਂਕਿ ਕਿਨਾਰਾ ਕਸ਼ੀ ਦਾੜੇ ਵਾਸਤੇ ਕੁਝ ਇਤਨੇ ਜ਼ਿਆਦਾ ਚੰਗੇ ਸਮਰਾਤ ਲਾਈਕੇ ਨਹੀਂ ਆਏਗੀ ਆਪਣੀ ਲਾਇਬਿਲਟੀਆਂ ਤੋਂ ਅਜਦੇ ਦਿਨ ਤੁਸੀਂ ਬਿਲਕੁਲ ਵੀ ਕਿਨਾਰਾ ਕਸ਼ੀ ਨਹੀਂ ਕਰਨੀ ਹਾਉ ਕਿਸੇ ਵੀ ਸੂਰਤ ਦੇ ਵਿੱਚ ਹੋਏ ਲੱਕੀ ਨੰਬਰ ਜਿਹੜਾ ਦਾੜਾ ਅਜਦੇ ਦਿਨ ਦੇ ਹਵਾਲੇ ਨਾਲ ਹੋ ਰਵੇਗਾ ਜੀ 4 ਨਾਜ਼ਰੀਨ ਅਥੇ ਬਲੋ ਇੱਕ ਛੋਟੇ ਜਿਹੇ ਬ੍ਰੇਕ ਦੇ ਇੰਚਲਾਸੀ ਦੁਬਾਰਾ ਹਾਜ਼ਰ ਹੋਣਿਆ ਇੱਕ ਬ੍ਰੇਕ ਤੋਂ ਬਾਅਦ